ਵਿੱਚ ਖੜ੍ਹੇ ਲੋਕ ਧੂਰੀ ਪਿੰਡ ਦੇ ਨੇ, ਜੋ ਕਿ ਜੁਆਲ ਪਿੰਡ ਤੋਂ ਸਕੂਰੀ ਪਿੰਡ ਜਾ ਰਹੇ ਸਨ। ਦੋ ਪਰਿਵਾਰ ਆਪਣੀ ਮੱਝਾਂ ਚਰਾ ਰਹੇ ਸਨ। ਖੇਤਾਂ 'ਚ ਲੱਗੀ ਮੋਟਰ ਮੱਝਾਂ ਨੇ ਉਸ 'ਚੋਂ ਪਾਣੀ ਪੀਤਾ, ਜਿਸ ਕਾਰਨ ਉਹ ਮੱਝਾਂ ਦੀ ਹਾਲਤ ਵਿਗੜ ਗਈ। 20 ਮੱਝਾਂ ਦੀ ਮੌਤ ਹੋ ਗਈ ਅਤੇ ਬਾਕੀ ਬਿਮਾਰ ਹਨ। ਹੁਣ ਇਹ ਲੋਕ ਪੰਜਾਬ ਸਰਕਾਰ ਤੋਂ ਮੁਆਫੀ ਦੀ ਮੰਗ ਕਰ ਰਹੇ ਹਨ। ਭੱਜਣ ਲੱਗ ਗਈ ਮੈਸਾਂ ਪਾਣੀ ਪੀਣ ਤੋਂ ਬਾਅਦ, ਕੋਈ ਕਿਤੇ ਜਾ ਕੇ ਡਿੱਗੀ ਹੈ ਜੀ, ਕੋਈ ਕਿਤੇ ਜਾ ਕੇ ਡਿੱਗੀ ਹੈ। ਚੱਲ ਬਾਅਦ 'ਚ ਅਸੀਂ ਡਾਕਟਰ ਨੂੰ ਬੁਲਾ ਕੇ ਉਹ ਕੀਤਾ, ਵੀ ਉਹਨਾਂ ਨੇ ਕਿਹਾ ਵੀ ਪਾਣੀ ਕੋਈ ਦਵਾਈ ਵਾਲਾ ਪਾਣੀ ਪੀ ਗਿਆ ਜੀ, ਮੇਰੇ 18 ਡੰਗਰ ਮਰ ਗਏ ਜੀ, ਬਾਕੀ 6-7 ਸੀਰੀਅਸ ਨੇ। ਕਿੰਨੀ ਕੁ ਕੀਮਤ ਵਾਲੇ ਡੰਗਰ ਸੀ ਅਤੇ ਕਿੰਨਾ ਕੁ ਨੁਕਸਾਨ ਹੋਇਆ? ਤੁਸੀਂ ਦੇਖ ਹੀ ਰਹੇ ਹੋ ਜੀ, ਲੱਖ ਲੱਖ ਰੁਪਏ ਤੋਂ ਉੱਪਰ ਵਾਲੇ ਡੰਗਰ ਹੈ ਜੀ ਸਾਰੇ। ਜਿੰਨੇ ਸਿਰੇ ਦੇ ਕਿੰਨੀਆਂ ਕੁ ਸੂਣ ਵਾਲੀਆਂ ਸੀਗੀਆਂ ਜਾਂ ਹੋਰ ਵਗੈਰਾ? ਇਹਦੇ ਵਿੱਚ ਜੀ 8 ਸੀਗੀਆਂ ਤਾਜ਼ੀਆਂ, ਬਾਕੀ 9-10 ਜਿਹੜੀਆਂ ਉਹ ਸੂਣ ਵਾਲੀਆਂ ਸੀ। ਬਸ ਸਾਨੂੰ ਇੱਥੇ ਜਿਹੜੇ ਮੈਸਾਂ ਨਾਲ ਸੀਗੇ ਉਹਨਾਂ ਨੇ ਫੋਨ ਕੀਤਾ ਵੀ ਮੈਸ ਪਾਣੀ ਪੀ ਕੇ ਭੱਜਣ ਲੱਗ ਗਈਆਂ। ਅਸੀਂ ਜਦ ਇੱਥੇ ਆਏ ਦੇਖਿਆ ਸੀ ਮੈਸ ਸਾਰੀ ਭੱਜ ਰਹੀਆਂ ਸੀ। ਅਸੀਂ ਡਾਕਟਰ ਨਾਲ ਇੱਥੇ ਪਿੰਡ ਦੇ ਹੋਰ ਬੰਦੇ ਇਕੱਠੇ ਹੋ ਗਏ, ਉਹਨਾਂ ਨੇ ਡਾਕਟਰ ਨੂੰ ਬੁਲਾਇਆ, ਡਾਕਟਰ ਨੇ ਆ ਕੇ ਟੀਕੇ ਟੂਕੇ ਲਾਉਣ ਦੀ ਕੋਸ਼ਿਸ਼ ਕੀਤੀ ਹੈ ਜੀ, ਪੂਰੀ ਕੋਸ਼ਿਸ਼ ਕੀਤੀ ਹੈ, ਪਰ ਜਿਹੜੀਆਂ 18 ਮਾਰੀ ਗਈਆਂ ਜੀ, ਬਾਕੀ 6-7 ਸੀਰੀਅਸ ਨੇ ਜੀ। ਉਹ ਕਹਿੰਦੇ ਦਵਾਈ ਵਾਲਾ ਪਾਣੀ ਪੀ ਗਈ ਜੀ। ਹਾਂ, ਡਾਕਟਰ ਨੇ ਕੋਈ ਦੱਸਿਆ ਵੀ ਜਿਹੜੇ ਬਾਕੀ ਡੰਗਰ ਬਚੇ ਨੇ, ਕਿੰਨੇ ਕੁ ਡੰਗਰ ਰਹਿ ਗਏ ਤੁਹਾਡੇ ਬੱਚੇ ਜੀ? ਬੱਚੇ ਨੇ ਹੈਗੇ ਜੀ 20-22 ਡੰਗਰ ਬਚੇ ਹੈਗੇ, ਉਹਨਾਂ 'ਚ 6-7 ਸੀਰੀਅਸ ਨੇ ਜੀ। ਹੱਥੇ ਆ ਕੇ ਮੋਟਰ 'ਤੇ ਪਾਣੀ ਪੀ ਲਿਆ ਜੀ। ਜਦ ਪਸ਼ੂਆਂ ਨੇ ਪਾਣੀ ਪੀਤਾ ਅਤੇ ਪਸ਼ੂ ਪਾਣੀ ਪੀਣ ਤੋਂ ਬਾਅਦ ਭੱਜਣ ਲੱਗ ਪਏ, ਅਤੇ ਭੱਜਣ ਤੋਂ ਬਾਅਦ ਪਸ਼ੂਆਂ ਦੀ 18-19 ਪਸ਼ੂਆਂ ਦੀ ਮੌਤ ਹੋ ਗਈ। ਅਤੇ ਇਹਨਾਂ ਤੋਂ ਕੋਈ ਪਤਾ ਨਹੀਂ ਚੱਲਿਆ। ਡਾਕਟਰ ਅਧਿਕਾਰੀ ਆਏ, ਡਾਕਟਰ ਨੇ ਆ ਕੇ ਦੱਸਿਆ ਕਿ ਕੋਈ ਬਹੁਤ ਜ਼ਹਿਰੀਲੀ ਦਵਾਈ ਸੀਗੀ ਜਿਹੜੀ ਉੱਥੇ ਔਲੀ ਸਿੱਟੀ ਹੋਈ ਸੀਗੀ, ਉਹਦੇ ਨਾਲ ਸਾਰੇ ਡੰਗਰਾਂ ਦੀ ਮੌਤ ਹੋ ਗਈ। ਕੁਛ ਗੁਜਰਾਂ ਦੀਆਂ ਮੱਝਾਂ ਸੀਗੀਆਂ, ਚਰਾ ਰਹੇ ਸੀ, ਚਰਾਉਂਦੇ ਕਪਿਆਲ ਤੋਂ ਸਗੜੇੜੀ ਵੱਲ ਨੂੰ ਜਾ ਰਹੇ ਸੀਗੇ, ਅਤੇ ਰਸਤੇ 'ਚ ਬੱਚੇ 'ਚ ਉਹਨਾਂ ਨੇ ਪਾਣੀ ਪੀਤਾ, ਜਿਹਨਾਂ 'ਚੋਂ 18 ਮੱਝਾਂ ਜਿਹੜੀਆਂ ਉਹ ਮਰ ਗਈਆਂ, 3-4 ਦੀ ਹਾਲਤ ਨਾਜ਼ੁਕ ਹੈ। ਡਾਕਟਰ ਸਾਹਿਬ ਦੀ ਟੀਮ ਆਈ ਹੋਈ ਹੈ, ਡਾਕਟਰ ਉਹਨਾਂ ਨੂੰ ਟ੍ਰੀਟ ਕਰ ਰਹੇ ਆ। ਸਰ ਹਜੇ ਫਿਲਹਾਲ ਕੁਛ ਨਹੀਂ ਕਹਿ ਸਕਦੀ ਜੀ, ਜਿਸ ਤਰ੍ਹਾਂ ਸਾਨੂੰ ਪਤਾ ਲੱਗਿਆ ਨਾਲ ਦੀ ਨਾਲ ਸਾਡੀਆਂ ਟੀਮਾਂ ਇੱਥੇ ਪਹੁੰਚ ਗਈਆਂ। ਕੁਛ ਪਸ਼ੂਆਂ ਦਾ ਅਸੀਂ ਇਲਾਜ ਸ਼ੁਰੂ ਕੀਤਾ, ਜੋ ਜਿਸ ਤੋਂ ਵਿੱਚੋਂ ਇੱਕ ਹਜੇ ਜਿਉਂਦੀ ਹੈ, ਜਿਹਦਾ ਇਲਾਜ ਹਜੇ ਵੀ ਚੱਲ ਰਿਹਾ। ਕੁਛ ਪਸ਼ੂ ਇਲਾਜ ਦੇ ਦੌਰਾਨ ਵੀ ਪੂਰੇ ਨੇ, ਕੁਛ ਸਾਡੇ ਆਉਣ ਤੋਂ ਪਹਿਲਾਂ ਵੀ ਪੂਰੇ ਹੋ ਗਏ ਸੀਗੇ। ਤਫਤੀਸ਼ ਦੇ ਦੌਰਾਨ ਜਿਹੋ ਜਿਹੀ ਵੀ ਕੋਈ ਗੱਲ ਸਾਹਮਣੇ ਆਈ, ਉਹਦੇ ਮੁਤਾਬਕ ਬਣਦੀ ਕਾਨੂੰਨੀ ਕਾਰਵਾਈ ਹੈ ਜੋ ਅਮਲ 'ਚ ਲਿਆਂਦੀ ਹੈ। 18 ਕੁ ਮੈਸਾਂ ਦਾ ਪਤਾ ਲੱਗਾ ਵੀ ਜਿਨ੍ਹਾਂ ਦੀ ਡੈਥ ਹੋ ਗਈ ਹੈ, ਬਾਕੀ ਕੁਛ ਮੈਸਾਂ ਸਮਝੋ ਪਹਿਲਕਾ ਨਿਊਜ਼ ਬਾਕੀ ਹੈ। ਆਵਾਜ਼ ਸਰਕਾਰ ਤੱਕ ਪਹੁੰਚਾਉਣ ਲਈ ਤਹਿਲਕਾ ਨਿਊਜ਼ ਹਰ ਟਾਈਮ ਹਰ ਵਕਤ ਤੁਹਾਡੇ ਨਾਲ ਹੈ। ਜੇਕਰ ਸਰਕਾਰਾਂ ਕਰ ਰਹੀਆਂ ਨੇ ਕਿਸਾਨਾਂ ਨਾਲ ਧੱਕਾ, ਨਹੀਂ ਸੁਣੀ ਜਾ ਰਹੀ ਗਰੀਬਾਂ ਦੀ ਗੱਲ, ਤਾਂ ਪੰਜਾਬ ਦਾ ਇੱਕ ਬੇਧੜਕ ਨਿਰਧੜਕ ਤਹਿਲਕਾ ਨਿਊਜ਼ ਹਰ ਵਕਤ ਹਰ ਟਾਈਮ ਹਰ ਪਲ ਤੁਹਾਡੇ ਨਾਲ ਹੈ। ਜੇਕਰ ਕਿਸੇ ਨਾਲ ਹੋ ਰਹੀ ਹੈ ਬੇਇਨਸਾਫੀ, ਪ੍ਰਸ਼ਾਸਨ ਨਹੀਂ ਦੇ ਰਿਹਾ ਜਨਤਾ ਨੂੰ ਸਹੀ ਹੱਕ, ਤੁਹਾਡੀ ਆਵਾਜ਼ ਚੱਕਣ ਲਈ ਤੇ ਤੁਹਾਡੀ ਮਦਦ ਕਰਨ ਲਈ ਤਹਿਲਕਾ ਨਿਊਜ਼ ਹਰ ਟਾਈਮ ਹਰ ਵਕਤ ਤੁਹਾਡੇ ਨਾਲ। ਜੇਕਰ ਜਨਤਾ ਨਾਲ ਹੋ ਰਿਹਾ ਧੱਕਾ, ਰਾਜਨੀਤਿਕ ਨੇਤਾ ਜਾਂ ਸ਼ਰਾਰਤੀ ਆਂਸਰ ਜਨਤਾ ਨੂੰ ਕਰ ਰਹੇ ਨੇ ਪਰੇਸ਼ਾਨ, ਤੁਹਾਡੀ ਆਵਾਜ਼ ਨੂੰ ਬੁਲੰਦ ਕਰਨ ਵਾਸਤੇ ਤਹਿਲਕਾ ਨਿਊਜ਼ ਹਰ ਵਕਤ ਹਰ ਟਾਈਮ ਤੁਹਾਡੇ ਨਾਲ ਹੈ।